ਬੜੇ ਪਿਆਰ ਔਰ ਸਤਿਕਾਰ ਦੇ ਨਾਲ ਬੈਠ ਕੇ ਸੁਣਨਾ ਹੈ ਸੋ ਮੈਂ ਬੇਨਤੀ ਕਰਾਂਗਾ ਭੈਣ ਜੀ ਸੋਨੀਆ ਨੂੰ किताब पेश करन लगे हाँ पहला मैं पंजाबी च दसा जी कि किताब लिखण का अमर जीत का हुण तक का सफर की हो रहा रहा की मकसद है इस किताब का और की सुनेहा भेजना चाह रहा है मेरे तो बाद फिर मार्च स्पेनिश के दसेंगे और यदिया दो वजह आ एक कि जी किताब है स्पेनिश लिखी गई है और दूसरी कि जिदा छोटे बच्चे घट पंजाबी बोलते हैं जैसे उन्होंने उस हिसाब ना नहीं समझा सकते स्पेनिश के मार्क इस करके भी दसेंगे अज भाजी उन्होंने जिदा किया साढ़े पूरे समाज के लिए बहुत वधिया दिन है बहुत ही वडभागी दिन है क्योंकि और असं पहला ही अमरजीत को इस गल की वधाई दे रहे हैं कि इन्नी वड्डी उपलब्धि ये साड़ी झोली च पा रहा है तो अपना राइटर का जरा करियर आ लेखक का वो साढ़े तो शुरुआत कर रहा है इस गुरु घर तो रोजाना जिंदगी दे विच साढ़े सारिया दियाँ समर्था जिहड़ियां कैपेसिटी हुंदियां वो इको जी नहीं हुंदियां बहुत जने नूं पता होना कि फालसी है एक अजिही कंडीशन है जो बचपन तो दिमाग के डिवेलपमेंट विच गड़बड़ होण नाल हुंदी है जन्म होण के बाद दिमाग नूं पूरी तरह ऑक्सीजन सप्लाई ना होण करके जिहड़े मसल आ वो हिलजुल नहीं सकते उत्थे 100% फंक्शन नहीं है ते जिन्हां ਅਤੇ ਦੇਖਣ ਸੁਣਨ ਤੁਰਨ ਫਿਰਨ ਬੋਲਣ ਸਮਝਣ ਅਤੇ ਸਮਝਾਉਣ ਦੀ ਕਪੈਸਿਟੀ ਅਲੱਗ ਹੁੰਦੀ ਆ ਜਾਂ ਘੱਟ ਹੁੰਦੀ ਆ ਤਾਂ ਅਸੀਂ ਉਹਨਾਂ ਨੂੰ ਅਪਾਹਜ ਕਹਿੰਦੇ ਹਾਂ ਇਹ ਗੱਲ ਵੱਖਰੀ ਆ ਕਿ ਅਪਾਹਜ ਕਹਿੰਦੇ ਕਿ ਸਾਡੀ ਜਿਹੜੀ ਜ਼ੁਬਾਨ ਆ ਉਹ ਖਟਰਾਉਂਦੀ ਆ ਅਸੀਂ ਇਹ ਵਰਡ ਕਹਿਣ ਤੋਂ ਡਰਦੇ ਹਾਂ ਤਕਰੀਬਨ ਪੂਰੀ ਦੁਨੀਆ 'ਚ ਪਰ ਖਾਸ ਕਰਕੇ ਪੰਜਾਬੀ ਸੱਭਿਆਚਾਰ ਨੂੰ ਕਰਮਾਂ ਦਾ ਫਲ ਮੰਨਿਆ ਜਾਂਦਾ ਅਤੇ ਕਈ ਵਾਰ ਸਜ਼ਾ ਜ਼ਿਆਦਾ ਅਸੀਂ ਅਪਾਹਜਤਾ ਨੂੰ ਤਰਸ ਦੀ ਨਜ਼ਰ ਨਾਲ ਦੇਖਦੇ ਹਾਂ ਡਰ ਦੀ ਨਜ਼ਰ ਨਾਲ ਦੇਖਦੇ ਹਾਂ ਜਾਂ ਤਾਂ ਫਿਰ ਦੇਖਦੇ ਹੀ ਅਪਾਹਜ ਲੋਕਾਂ ਨੂੰ ਸਮਾਜ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਸਪੇਨ ਦੇ ਵਿੱਚ ਪੰਜਾਬ ਨਾਲੋਂ ਕੁਝ ਸਹੂਲਤਾਂ ਹਨ ਇੰਪਰੂਵਮੈਂਟਸ ਹਨ ਹਾਲਾਂਕਿ ਇੱਥੇ ਵੀ ਕਮੀਆਂ ਹਨ ਜਿਹੜੀਆਂ ਕਿ ਬਹੁਤ ਵਧੀਆ ਹੋ ਸਕਦੀਆਂ ਪਰ ਇਸ ਸਮਾਜ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਕਿ ਹਰ ਵਰਗ ਦਾ ਜਿਹੜਾ ਇਨਸਾਨ ਆ ਉਹ ਸਮਾਜ ਬਾਕੀ ਦੇ ਸਮਾਜ ਦੇ ਵਿੱਚ ਆਪਣੇ ਆਪ ਨੂੰ ਇੰਕਲੂਡਡ ਮਹਿਸੂਸ ਕਰੇ ਉਸਦਾ ਹਿੱਸਾ ਵੀ ਮਹਿਸੂਸ ਕਰੇ ਉਹਨਾਂ ਨੂੰ ਵੀ ਉਹੀ ਅਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ ਹਨ ਜਿਹੜੀਆਂ ਕਿ ਆਮ ਨਾਗਰਿਕ ਨੂੰ ਅਮਰ 9 ਸਾਲ ਦਾ ਸੀ ਜਦੋਂ ਇੱਥੇ ਆਪਣੇ ਪਰਿਵਾਰ ਦੇ ਨਾਲ ਆਇਆ ਉਸਨੇ ਆਪਣੀ ਪੜ੍ਹਾਈ ਕੀਤੀ ਕੰਮ ਦੀ ਟ੍ਰੇਨਿੰਗ ਕੀਤੀ ਅਤੇ ਅੱਜ ਆਪਣੇ ਪੈਰਾਂ 'ਤੇ ਖੜ੍ਹਾ ਹੈ ਫਾਈਨੈਂਸ਼ਲੀ ਇੰਡੀਪੈਂਡੈਂਟ ਹੈ ਔਰ ਇੱਥੇ ਇੱਕ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਜਦੋਂ ਬੱਚਾ ਤਰੱਕੀ ਕਰਦਾ ਹੈ ਜਾਂ ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਂਦਾ ਇੱਥੇ ਤੱਕ ਦਾ ਸਫ਼ਰ ਨਿਭਾਇਆ ਹੋਇਆ ਹੈ ਕੁਰਬਾਨੀਆਂ ਕੀਤੀਆਂ ਜ਼ਿੰਮੇਦਾਰੀਆਂ ਨੂੰ ਸੰਭਾਲਿਆ ਹੋਇਆ ਉਹਨਾਂ ਦਾ ਮੁੱਲ ਪੈ ਜਾਂਦਾ ਹੈ ਜਦੋਂ ਅਮਰ ਨੇ ਸਾਨੂੰ ਆਪਣੀ ਕਿਤਾਬ ਬਾਰੇ ਦੱਸਿਆ ਤਾਂ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਸਾਨੂੰ ਮੈਨੂੰ ਪੜ੍ਹ ਕੇ ਦੱਸੋ ਅਤੇ ਅਸੀਂ ਇਹਦੀਆਂ ਕਵਿਤਾਵਾਂ ਪੜ੍ਹੀਆਂ ਅਤੇ ਭਾਵੁਕ ਵੀ ਹੋਏ ਹੈਰਾਨ ਵੀ ਬਹੁਤ ਜ਼ਿਆਦਾ ਹੋਏ ਅਸੀਂ ਤਾਂ 2-3 ਦਿਨ ਗੁੰਮਸੁੰਮ ਹੀ ਰਹੇ ਕਿਉਂਕਿ ਇੰਨੀਆਂ ਡੂੰਘੀਆਂ ਗੱਲਾਂ ਇਹਨੇ ਬਿਆਨ ਕੀਤੀਆਂ ਹੋਈਆਂ ਹਨ ਅਤੇ ਅਸੀਂ ਇਸ ਤੋਂ ਵੈਸੇ ਇੱਕ ਦਿਨ ਪੁੱਛਿਆ ਕਿ ਤੂੰ ਪ੍ਰੇਰਣਾ ਕਿਉਂ ਲਈ ਤੂੰ ਇੰਸਪਾਇਰ ਕਿੱਥੋਂ ਹੋਇਆ ਅਤੇ ਇਹਦਾ ਜਵਾਬ ਵੀ ਬਹੁਤ ਸਧਾਰਨ ਸੀਗਾ ਕਹਿੰਦਾ ਬਸ ਦੇਖ ਕੇ ਮਹਿਸੂਸ ਕਰਕੇ ਕਹਿੰਦਾ ਫਿਰ ਇਹਨੇ ਆਪਣੇ ਬਾਰੇ ਦੱਸਿਆ ਕਹਿੰਦਾ ਪਰਿਵਾਰ ਤੋਂ ਇਲਾਵਾ ਮੈਨੂੰ ਹੋਰ ਕਿਸੇ ਨੇ ਅਪਣਾਇਆ ਹੀ ਨਹੀਂ ਕਹਿੰਦਾ ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੈਨੂੰ ਸਾਰਿਆਂ ਨੇ ਨਫ਼ਰਤ ਤਰਸ ਡਰ ਦੀ ਨਜ਼ਰ ਨਾਲ ਦੇਖਿਆ ਜਿੱਥੇ ਸਕੂਲ ਦੇ ਵਿੱਚ ਬੱਚੇ ਮੇਰਾ ਮਜ਼ਾਕ ਉਡਾਉਂਦੇ ਸੀ ਕੋਈ ਮੇਰੇ ਨਾਲ ਖੇਡਦਾ ਨਹੀਂ ਸੀ ਬਹਿੰਦਾ ਨਹੀਂ ਸੀ ਬਿਨਾਂ ਮਤਲਬ ਤੋਂ ਮਾਰ ਦੇਣਾ ਬਿਨਾਂ ਮਤਲਬ ਤੋਂ ਬੇਇੱਜ਼ਤ ਕਰ ਦੇਣਾ ਔਰ ਇਸ ਤਰ੍ਹਾਂ ਦਾ ਜਿਹੜਾ ਰਵੱਈਆ ਉਹ ਸਿਰਫ ਬੱਚਿਆਂ ਵੱਲੋਂ ਹੀ ਨਹੀਂ ਬਲਕਿ ਵੱਡਿਆਂ ਵੱਲੋਂ ਵੀ ਸੀ ਸਾਰੇ ਸਮਾਜ ਵੱਲੋਂ ਇਹੀ ਨਜ਼ਰੀਏ ਨਾਲ ਮੈਨੂੰ ਉਹ ਦੇਖਦੇ ਸੀ ਮੈਨੂੰ ਕਦੀ ਕਿਸੇ ਨੇ ਕਾਬਿਲ ਨਹੀਂ ਸਮਝਿਆ ਵਰਗ ਦੇ ਲੋਕਾਂ ਨੂੰ ਇਸ ਨਜ਼ਰੀਏ ਨਾਲ ਦੇਖਦੇ ਹਾਂ ਅਤੇ ਕਹਿੰਦਾ ਇਹ ਸਾਰਾ ਕੁਛ ਕਰਕੇ ਮੇਰਾ ਸਮਾਜ ਦੇ ਵਿੱਚ ਵਿਚਰਿਆ ਹੀ ਨਹੀਂ ਮੈਨੂੰ ਜਦੋਂ ਕਿਸੇ ਨੇ ਐਕਸੈਪਟ ਹੀ ਨਹੀਂ ਕੀਤਾ ਤਾਂ ਮੇਰੀਆਂ ਖੁਆਇਸ਼ਾਂ ਵੀ ਨਹੀਂ ਸੀਗੀਆਂ ਉਹ ਵੀ ਤਾਂ ਹੀ ਬਣਦੀਆਂ ਅਗਰ ਤੁਹਾਨੂੰ ਕੋਈ ਹੌਸਲਾ ਦਿੰਦਾ ਹੈ ਤੁਹਾਨੂੰ ਕਾਬਿਲ ਸਮਝਦਾ ਹੈ ਅਤੇ ਕਹਿੰਦਾ ਇਹ ਸਾਰਾ ਕੁਛ ਕਰਕੇ ਨਾ ਮੇਰਾ ਦਾਇਰਾ ਸੀਮਤ ਹੋ ਗਿਆ
ਜਦੋਂ ਇਦਾਂ ਦੇ ਹਾਲਾਤ ਹੋ ਜਾਣ ਤਾਂ ਆਪਣੇ ਆਪ ਨੂੰ ਹੀ ਅਪਣਾਉਣਾ ਪੈਂਦਾ ਹੈ, ਦੂਸਰਿਆਂ ਤੋਂ ਉਮੀਦ ਖਤਮ ਕਰ ਲੈਣੀ ਚਾਹੀ ਪੈਂਦੀ ਹੈ। ਤੇ ਫਿਰ ਮੈਂ ਆਪਣੇ ਆਪ ਨਾਲ ਗੁਫ਼ਤਗੂ ਕੀਤੀ, ਕਹਿੰਦਾ ਕਿ ਕੋਈ ਗੱਲ ਨਹੀਂ, ਅਗਰ ਮੈਨੂੰ ਕਿਸੇ ਕੋਈ ਮੈਨੂੰ ਹੋਰ ਕੋਈ ਇੱਜ਼ਤ ਨਹੀਂ ਦਿੰਦਾ, ਸਨਮਾਨ ਨਹੀਂ ਦਿੰਦਾ, ਕੋਈ ਗੱਲ ਨਹੀਂ, ਅਗਰ ਮੈਂ ਬਾਕੀ ਦੀ ਦੁਨੀਆ ਵਰਗਾ ਨਹੀਂ, ਮੈਂ ਬਾਕੀ ਤਰ੍ਹਾਂ ਤੁਰ ਫਿਰ ਨਹੀਂ ਸਕਦਾ, ਬੋਲ ਨਹੀਂ ਸਕਦਾ, ਪਰ ਜਿਹੜਾ ਮੇਰਾ ਅੰਦਰ ਵਾਲਾ ਗਦਰ ਆ, ਜਿਹਦੇ ਵਿੱਚ ਇੰਨੇ ਜਜ਼ਬਾਤ ਹਨ, ਇੰਨਾ ਪਿਆਰ ਹੈ ਆਪਣੇ ਪਰਿਵਾਰ ਨੂੰ ਲੈ ਕੇ, ਹੋਰਾਂ ਨੂੰ ਲੈ ਕੇ, ਜਾਨਵਰਾਂ ਨੂੰ ਲੈ ਕੇ, ਅਤੇ ਸਰੀਰ ਕਹਿੰਦਾ ਭਾਵੇਂ ਸਾਬਤ ਨਹੀਂ, ਪਰ ਮੇਰੀਆਂ ਜਿਹੜੀਆਂ ਭਾਵਨਾਵਾਂ ਆ ਉਹ ਪੂਰੀਆਂ ਸਾਬਤ ਹਨ। ਅਤੇ ਇਹ ਸਾਰਾ ਸਿਲਸਿਲਾ ਅਮਰਜੀਤ ਨੇ ਆਪਣੀਆਂ ਕਵਿਤਾਵਾਂ ਵਿੱਚ ਬਿਆਨ ਕੀਤਾ ਹੋਇਆ ਹੈ। ਔਰ ਬਾਕੀ ਹੀ ਅਗਰ ਕੋਈ ਆਪਣੇ ਮਨ ਦੀ ਸੁਣਦਾ ਹੈ ਤਾਂ ਜ਼ਰੂਰ ਕਾਮਯਾਬ ਹੁੰਦਾ ਹੈ। ਇਹੀ ਗੱਲ ਵਾਰ ਵਾਰ ਇਹ ਆਪਣੀਆਂ ਕਵਿਤਾਵਾਂ ਰਾਹੀਂ ਦੁਹਰਾ ਰਿਹਾ ਹੈ। ਔਰ ਅਪਾਹਜ ਇਹਨੇ ਸਾਬਤ ਕਰਤਾ, ਅਪਾਹਜ ਸਰੀਰ ਹੋ ਸਕਦਾ, ਦਿਮਾਗ ਜਾਂ ਮਾਨਸਿਕਤਾ ਨਹੀਂ। ਅਸੀਂ ਬਹੁਤ ਕੁਛ ਸੁਣਦੇ ਹਾਂ, ਦੇਖਦੇ ਹਾਂ, ਪੜ੍ਹਦੇ ਹਾਂ, ਪਰ ਟੁੰਬਦਾ ਸਾਨੂੰ ਉਹੀ ਆ ਜਿਹੜਾ ਲਿਖਣ ਵਾਲੇ ਦੇ ਦਿਲ ਚੋਂ ਨਿਕਲਿਆ ਹੋਵੇ, ਜਿਹੜਾ ਕਿ ਨਿੱਜੀ ਜ਼ਿੰਦਗੀ ਦੇ ਬਹੁਤ ਕਰੀਬ ਹੋਵੇ। ਹਰ ਇੱਕ ਦੀ ਜ਼ਿੰਦਗੀ ਵਿੱਚ ਮੁਸੀਬਤਾਂ, ਮੁਸ਼ਕਲਾਤਾਂ, ਪ੍ਰੋਬਲਮਸ ਆਉਂਦੀਆਂ ਹਨ। ਕੋਈ ਵੀ 100% ਸੁਖੀ ਨਹੀਂ ਹੁੰਦਾ, ਪਰ ਇਸ ਦਰਦ ਦਾ ਅਸੀਂ ਸਾਹਮਣਾ ਕਿੱਦਾਂ ਕਰਦੇ ਹਾਂ, ਅਸੀਂ ਜ਼ਿੰਦਗੀ ਨੂੰ ਜਿਉਂਦੇ ਕਿਵੇਂ ਹਾਂ, ਇਹ ਜਿਹੜਾ ਜਿਉਣ ਦਾ ਢੰਗ ਆ ਇਹ ਸਾਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਜਦੋਂ ਅਸੀਂ ਆਸ ਪਾਸ ਦੇਖਦੇ ਹਾਂ ਤਾਂ ਬਹੁਤ ਜਿਹੇ ਇਹੋ ਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੋਂ ਸਾਨੂੰ ਪ੍ਰੇਰਣਾ ਮਿਲਦੀ ਹੈ, ਜਿਨ੍ਹਾਂ ਦਾ ਜਿਉਣ ਦਾ ਢੰਗ ਦੇਖ ਕੇ ਸਾਨੂੰ ਖੁਦ ਨੂੰ ਹੌਸਲਾ ਮਿਲਦਾ ਹੈ। ਫਿਰ ਵੀ ਕਿਤੇ ਨਾ ਕਿਤੇ ਅਮਰਜੀਤ ਨੇ ਸਮਝਿਆ ਕਿ ਜਿਹੜਾ ਮੇਰਾ ਦੁੱਖ ਆ ਬਾਕੀਆਂ ਨਾਲੋਂ ਘੱਟ ਹੀ ਆ। ਔਰ ਅਮਰਜੀਤ ਨੇ ਇੰਨੇ ਦੁੱਖ ਹੰਢਾ ਕੇ, ਇੰਨੇ ਦੁੱਖ ਸਹਿਣ ਦੇ ਬਾਵਜੂਦ ਜ਼ਿੰਦਗੀ ਨੂੰ ਪਿਆਰ ਕਰਦਾ ਹੈ, ਅਤੇ ਸਾਨੂੰ ਵੀ ਇਹੀ ਸੁਨੇਹਾ ਦੇ ਰਿਹਾ ਹੈ। ਅਮਰਜੀਤ ਦੀਆਂ ਕਵਿਤਾਵਾਂ ਸਾਨੂੰ ਇਹੀ ਸਿਖਾਉਂਦੀਆਂ ਹਨ ਕਿ ਪਿਆਰ, ਸਹਿਯੋਗ ਅਤੇ ਸਮਰਪਣ ਨਾਲ ਅਸੀਂ ਹਰ ਇੱਕ ਸਮੱਸਿਆ ਦੀ ਅਸੀਂ ਉਹਦਾ ਸਾਹਮਣਾ ਕਰ ਸਕਦੇ ਹਾਂ ਅਤੇ ਅਸੀਂ ਉਹਦਾ ਹੱਲ ਕਰ ਸਕਦੇ ਹਾਂ। ਜ਼ਰੂਰ ਨਜ਼ਰੀਆ ਬਦਲਦੇ ਹਾਂ, ਕਵਿਤਾਵਾਂ ਪੜ੍ਹਦੇ ਹਨ ਅਤੇ ਉਹਨਾਂ ਦਾ ਮੀਨਿੰਗ ਅਸੀਂ ਉਹਨੂੰ ਦੱਸਦੇ ਹਾਂ। ਔਰ ਅਸੀਂ ਖੁਸ਼ਕਿਸਮਤ ਹਾਂ ਕਿ ਸਾਡਾ ਬੱਚਾ ਤੇਰੇ ਵਰਗੀ ਸ਼ਖਸੀਅਤ ਤੋਂ ਇਨਫਲੂਐਂਸ ਹੋਵੇਗਾ। ਅਤੇ ਤੁਹਾਡੇ ਸਾਰੇ ਅੱਗੇ ਇਹੀ ਬੇਨਤੀ ਆ ਕਿ ਤੁਸੀਂ ਇਸਦੀ ਕਿਤਾਬ ਨੂੰ ਜ਼ਰੂਰ ਇਹਦੀ ਨਜ਼ਰ ਮਾਰੋ, ਦੇਖੋ ਅਤੇ ਇਹਨੂੰ ਜ਼ਰੂਰ ਹੌਸਲਾ ਅਫਜ਼ਾਈ ਕਰੋ। ਅਤੇ ਹੁਣ ਇਹ ਮਾਰਕ ਤੁਹਾਨੂੰ ਇਹ ਸਪੈਨਿਸ਼ ਦੇ ਵਿੱਚ ਦੱਸਣਗੇ। ਜੈ ਗੁਰਦੇਵ, ਧੰਨਵਾਦ। Voy a traducir al castellano la explicación de Sonia para principalmente por las nuevas generaciones que a lo mejor no hablan tanto el punjabi y también porque los poemas en sí están escritos en castellano y pensamos que así tenemos una oportunidad de leer uno de ellos ahora aquí en el templo. Cubriremos evidentemente la trayectoria y la intención de Amar, hablaremos un poquito de él, de los retos que hay también y finalmente pasaré a leer uno de los poemas del libro. Quería empezar hablando de él, que les aman, porque para mí personalmente ha sido una de las personas que más me ha tenido muchas clientes en el templo. Cada vez que venía, él me recibía con una sonrisa, con un abrazo, y siempre estaba dispuesto a sentarse, a hablar, a tener conversación. Y para alguien que viene de fuera, me dice un poco traviesa, pero así es, le trae mucha alegría. Creo que es importante conocer también la historia de Amar, que a veces lo vemos en el templo, pero no llegamos a hablar con él. Tiene 25 años, nació en Basla, no sé si lo pronuncio bien, que está en Punjab. Y en definitiva, para mí es un honor poder presentar este libro, principalmente porque Amar es un buen amigo y una grandísima persona, y para mí poder estar hablando hoy aquí con todos vosotros es un honor. Como ya ha comentado Sonia, es importante también hablar del contexto de Amar, de su discapacidad, sobre todo para que haya más entendimiento y todos podamos entender por lo que él pasa.
Como hemos dicho, es una parálisis cerebral debido a una falta de oxígeno, lo cual causa que él no pueda mover por dentro, es igual que por nosotros, él tiene una vida interior, tiene una capacidad intelectual igual que nosotros, que él vive por dentro. Es importante también hablar de dónde viene, del contexto de la discapacidad en Punjab y en España. Desgraciadamente, la discapacidad se vive en India y en Punjab como un castigo divino, como algo que es consecuencia del karma, lo cual lleva una estigmatización al miedo a mostrarse tal como uno es, por el miedo al rechazo, o por el rechazo que ocurre en la sociedad. Lo cual le lleva a estar invisibilizado y excluido de la sociedad, no puede ser partícipe. Muchas gracias a Amar por compartir este éxito con toda la comunidad. Le deseamos muchísimo más éxito, evidentemente, y que este libro cambie las miradas como él desea. Desde luego a nosotros, tanto a Sonia como a mí, nos ha ayudado a cambiar la mirada y somos muy afortunados. Me gustaría también decir que escribir un libro como este es un gran reto, no por la condición de Amar, sino por el hecho de escribir poesía. La poesía, al contrario que otro tipo de libros, es algo que se escribe desde el corazón y no desde la mente. La poesía es un ejercicio de desnudarse uno mismo, de mostrarse por dentro, de mostrarse vulnerable. Y yo creo que precisamente para los hombres nos cuesta mucho mostrarnos vulnerables, nos cuesta mucho abrir nuestros corazones y enseñar nuestras dudas, nuestros desafíos. Y yo creo que él precisamente lo consigue. Cualquier autor de poesía pasa por eso y tiene muchísimo mérito el compartir cómo se siente uno en un libro. Creo que además es un proceso, el de leer este libro, el que uno mismo se pone ante el espejo. Y ese movimiento de comunidad es necesario para poder aprender, para poder evaluarnos. A partir de ahí, cada uno luego puede comprar el libro de Amar, leerlo. Este poema se llama Mi tren. Mi tren es de puro amor. Quien quiera puede subir, es gratis. No tenéis que comprar ningún billete para conmigo disfrutar. Tengo tanto amor que dar. Pero no lo quieren recibir los demás de este tren, porque es diferente. A nosotros no nos entiende la gente. Diferente por fuera, puro amor por dentro. El que se sube a mi tren no pierde su tiempo. Un chico con discapacidad, no sé, igual tiene mucho amor que dar a los que a él se quieren acercar. Con alguien así es fácil conectar y disfrutar de todo el amor que puede dar. No somos un objeto, también tenemos corazón. La gente nos mira con una mirada sin razón. Cambiar la situación, a ver si podemos y luchar por lo que queremos. Quiero decirle dos cosas directamente a Amar también. Lo primero es que al leer el poema, lo que a mí más me llega, lo que más me sorprendió al leer todo el libro, es ver la cantidad de amor y cariño y felicidad que Amar transmite. Es una persona que no lo tiene fácil en su vida. ਜਿਹਨੇ ਇਸ ਲੇਖ ਨੂੰ ਜੋ ਅੱਜ ਆਪਾਂ ਅਮਰੀਕਾ ਜਾ ਰਹੇ ਉਹਦੀ ਉਜਦਾ ਕੀਤੀ ਹੈ ਅਮਰਜੀਤ ਅਮਲੇ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਬਹੁਤ ਬਹੁਤ ਮੁਬਾਰਕਾਂ ਅਮਰ ਵੱਡਾ ਉਪਰਾਲਾ ਕੀਤਾ ਹੈ ਕਾਂਬੀਆ ਤੋਂ ਮੇਰਾ ਦਾ ਜੇ ਜੋ ਨਾਂ ਹੈ ਲੇਖ ਦਾ ਉਹ ਵਿੱਚ ਉਹਨਾਂ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਸੋ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ ਸੋ ਬੇਨਤੀ ਕਰਾਂਗਾ ਆਪਣੇ ਛੋਟੇ ਵੀਰੇ ਦਾ ਮੌਸਮ ਵਧਾਈ ਕਰ ਸਕੀਏ ਸੋ ਸਾਰੀ ਕਮੇਟੀ ਨੂੰ ਬੇਨਤੀ ਹੈ ਕਿ ਕਿਹੜੇ ਨਾਲ ਆਪਾਂ ਉਹਦਾ ਸਨਮਾਨ ਕਰਨਾ ਹੈ ਸੋ ਫੈਮਿਲੀ ਮੈਂਬਰ ਨੂੰ ਬੇਨਤੀ ਹੈ ਕਿ ਆ ਜਾਣ ਇੱਥੇ ਲੱਗ ਗਿਆ ਤੂੰ ਇਹ ਬੜਾ ਹੀ ਦਿਆਲ ਰੱਖੇ ਸਭ ਦਾ ਖਿਆਲ ਤੂੰ
सब दा ख्याल रजा तेरी विच मैं भी सदा बसदा रहा रजा तेरी विच मैं भी सदा बसदा रहा मेरे गुरु रविदास जिन चल दे निसा